टेकना तो सारी दुनिया ही आती है। खैर असं भी उदा ही सेवक बन के आए हैं, है ही सेवक हाँ। बाबे नानक दे, बाबे गुरु गोबिंद सिंह महाराज दे, रामदास महाराज जी दे, बाणी गुरु गुरु है बाणी, विच बाणी अमृत सारे, गुरबाणी कह सेवक जन माना, प्रतख गुरु निस्तारे। ये इतिहास नूं ते खजाने नूं नतमस्तक होना है, ਤਾਂ ਜੋ ਸਾਨੂੰ ਵੀ ਇੱਥੋਂ ਸਿੱਖਿਆ ਮਿਲ ਸਕੇ, ਸਾਨੂੰ ਵੀ ਜੀਵਨ ਜਾਂਚ ਮਿਲ ਸਕੇ, ਜੀਵਨ ਦਾ ਪਤਾ ਲੱਗ ਸਕੇ ਕਿ ਜੀਵਨ ਦੇ ਵਿੱਚ ਹੁੰਦਾ ਕੀ ਹੈ। ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਕਈਆਂ ਲਿਖਤਾਂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਜਿਹੜੀਆਂ ਲਿਖਤਾਂ ਨੇ ਉਹ ਸਾਡੇ ਮਨ ਵਿੱਚ ਵਸਣ, ਗੁਰੂ ਰਾਮਦਾਸ ਮਹਾਰਾਜ ਦੀਆਂ ਲਿਖਤਾਂ ਨੇ, ਬਾਬੇ ਕਬੀਰ ਦੀਆਂ, ਸ਼ੇਖ ਫਰੀਦ ਜੀ ਦੀਆਂ, ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਉਹ ਲਿਖਤਾਂ ਜਿਹੜੀਆਂ ਉਹ ਮਨ ਵਿੱਚ ਵਸਣ, ਅਤੇ ਅਸੀਂ ਉੱਦਾਂ ਦੀ ਜੀਵਨ ਜਾਂਚ ਜਿਹੜੀ ਪ੍ਰੋਸੈਸ ਹੈ ਉਹਦੇ ਵਿੱਚੋਂ ਨਿਕਲ ਸਕੀਏ। ਉਹ ਤਾਂ ਮੈਂ ਪਹਿਲਾਂ ਤੋਂ ਹੀ ਐਕਚੁਅਲੀ ਬੋਲਦਾ ਜੀ ਉਸ ਬਾਰੇ। ਮੈਂ 15 ਸਾਲ ਪਹਿਲੇ ਵੀ ਇੱਕ ਮੇਰੀ ਬਹੁਤ ਕਲਿੱਪ ਜਿਹੜੀ ਆ ਵਾਇਰਲ ਹੋਈ ਸੀਗੀ, ਉਹ ਉੱਥੇ ਮੈਂ ਤਾਂ ਬੋਲਦਾ ਹਾਂ, ਉਹਦਾ ਬਹੁਤ ਵੱਡਾ ਕਾਰਨ ਆ, ਉਹ ਕੋਈ ਇੱਦਾਂ ਜ਼ਿੱਦ ਨਹੀਂ ਹੈ, ਕਿਉਂਕਿ ਮੇਰੇ ਕੋਲ ਇਹ ਖਜ਼ਾਨਾ ਹੈਗਾ, ਮੇਰੇ ਕੋਲ ਭਰਿਆ ਜਿਹੜਾ ਭਾਂਡਾ ਉਹ ਹੈਗਾ, ਮੇਰੇ ਕੋਲ ਇੰਨਾ ਹੀਰੇ ਮੋਤੀ ਜਵਾਹਰਾਤ ਜਿਹੜੇ ਖਜ਼ਾਨੇ 'ਚ ਮੈਨੂੰ ਮਿਲਦੇ ਆ, ਮੈਂ ਐਵੇਂ ਖਾਲੀ ਜਾ ਕੇ, ਮੈਂ ਉੱਦਾਂ ਦਾ ਨਹੀਂ ਹਾਂ ਕਿ ਇੱਕ ਆਸਥਾ ਲੈ ਕੇ ਕਿਤੇ ਵੀ ਜਾ ਕੇ ਮੱਥਾ ਟੇਕਦਾ। ਇਹ ਸਿਰ ਹੈ ਅਮਾਨਤ ਸੱਜਣਾ ਦੀ, ਦਰ ਦਰ 'ਤੇ ਝੁਕਾਇਆ ਨਹੀਂ ਜਾਂਦਾ, ਜੱਗ ਰੁੱਸਦਾ ਏ ਅਤੇ ਰੁੱਸ ਜਾਵੇ ਸਾਥੋਂ ਯਾਰ ਰੁਸਾਇਆ ਨਹੀਂ ਜਾਂਦਾ। ਸਾਡਾ ਯਾਰ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ, ਗੁਰੂ ਨਾਨਕ ਆ, ਗੁਰੂ ਰਾਮਦਾਸ ਮਹਾਰਾਜ ਜੀ ਆ, ਗੁਰੂ ਗ੍ਰੰਥ ਸਾਹਿਬ ਐਕਚੁਅਲੀ ਵਿੱਚ ਜਿਹੜੇ, ਕਿਉਂਕਿ ਇੱਕ ਜੀਵਨ ਜਾਤ ਜਿਹਦੀ ਮੈਂ ਗੱਲ ਕੀਤੀ ਆ, ਅਤੇ ਉਹ ਕਈ ਲੋਕਾਂ ਨੇ ਉਹਨੂੰ ਮਤਲਬ ਕਈ, ਮੈਨੂੰ ਪਤਾ ਕਿ ਉਹ ਕਈ ਸਿੰਗਰਾਂ ਨੂੰ ਬੁਰਾ ਲੱਗਾ, ਕਿਉਂਕਿ ਉਹਨਾਂ ਨੇ ਉਹ ਜਗ੍ਹਾਵਾਂ ਜਿਹੜੀਆਂ ਪ੍ਰਮੋਟ ਕੀਤੀਆਂ ਜਿਨ੍ਹਾਂ ਦੇ ਵਿੱਚ ਕੁਛ ਵੀ ਨਹੀਂ ਹੈਗਾ, ਜਿਹਦੇ ਵਿੱਚ ਕੋਈ ਇਤਿਹਾਸ ਨਹੀਂ ਹੈਗਾ। ਆਸਥਾ ਕਿਤੇ ਵੀ ਹੋ ਸਕਦੀ, ਪਰ ਸਾਡੇ ਕੋਲ ਆਸਥਾ ਦੇ ਨਾਲ ਇਤਿਹਾਸ ਵੀ ਹੈ। ਅਸੀਂ ਆਸਥਾ ਜਿਹੜੀ ਆ ਉਹ ਇਤਿਹਾਸ ਦੇ ਨਾਲ ਜੋੜ ਕੇ ਰੱਖਣੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੇਖੋ ਨਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦੇਖ ਲਓ, ਬੰਦਾ ਬਹਾਦਰ ਸਾਹਿਬ ਨੂੰ ਦੇਖ ਲਓ, ਹੈ ਨਾ, ਈਵਨ ਭਗਤ ਸਿੰਘ ਉਹਨਾਂ ਨੂੰ ਦੇਖ ਲਓ, ਅਤੇ ਸ਼ਹੀਦ ਊਧਮ ਸਿੰਘ ਉਹਨਾਂ ਨੂੰ ਦੇਖ ਲਓ, ਸਾਡੇ ਕੋਲ ਇਤਿਹਾਸ ਹੈ। ਅਸੀਂ ਐਵੇਂ ਜਾ ਕੇ ਕਿਸੇ ਜਿਹੜੇ ਬਾਬੇ ਸਿਗਟਾਂ ਲਾ ਰਹੇ ਆ, ਸ਼ਰਾਬ ਦੇ, ਇੱਕ ਬਾਬਾ ਤੁਸੀਂ ਦੇਖਿਆ ਹੋਣਾ ਸ਼ਰਾਬ ਦੀ ਪੂਰੀ ਬੋਤਲ ਪੀ ਜਾਂਦਾ, ਹੈ ਨਾ, ਉਹ ਚਮਤਕਾਰ ਥੋੜ੍ਹੇ ਅਸੀਂ ਦੇਖਣੇ ਹਾਂ। ਔਰ ਦੂਸਰਾ ਜਿਹੜਾ ਸਾਡਾ ਇਹ ਖਜ਼ਾਨਾ ਨਾ, ਇਹ ਸਿਰਫ ਇਹ ਨਹੀਂ ਹੈ ਕਿ ਪੁੱਤ ਮੰਗਣ ਦਾ ਖਜ਼ਾਨਾ ਨਹੀਂ ਹੈ, ਇਹ ਜੀਵਨ ਜਾਂਚ ਦਾ ਖਜ਼ਾਨਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਉਹ ਸਾਨੂੰ ਜੀਵਨ ਜਾਤ ਸਿਖਾ ਗਏ ਆ। ਉਹਨਾਂ ਨੇ ਕਿਹਾ ਨਾ, ਮਾਨਸ ਕੀ ਜਾਤ ਸਭ ਇੱਕ ਪਹਿਚਾਨ ਬੋ, ਜਾਂ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਅਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਅਤੇ ਮੈਂ ਸਿੰਗਰਾਂ ਨੂੰ ਬੇਨਤੀ ਕਰਦਾ, ਉਹ ਜਿਹੜੇ 200-300 ਸਿੰਗਰਾਂ ਨੂੰ ਵਾਸਤੇ ਬੁਰਾ ਹੈ ਜਿਹੜਾ ਮੇਰਾ, ਪਰ ਉਹ ਪੰਜਾਬ ਵਾਸਤੇ ਜਾਂ ਦੇਸ਼ ਵਾਸਤੇ ਬੁਰਾ ਨਹੀਂ ਹੈ ਉਹ, ਕਿਉਂਕਿ ਜਦੋਂ ਨਸ਼ਾ ਕਿਸੇ ਦੇ ਵੀ ਬੱਚੇ ਨੇ ਦੇਖਣਾ ਉੱਥੇ ਕਰਦਿਆਂ, ਉਹਨਾਂ ਨੂੰ ਸਿਗਟਾਂ ਪੀਂਦਿਆਂ ਦੇਖਣਾ, ਮੈਨੂੰ ਤਾਂ ਕਹਿੰਦੇ ਵੀ ਸ਼ਰਮ ਆ ਰਹੀ, ਜੇ ਮੈਂ ਕਹਾਂਗਾ ਤਾਂ ਹੋ ਸਕਦਾ 1-2 ਬੰਦੇ ਉਹ ਟਰਾਈ ਨਾ ਕਿਤੇ ਕਰ ਲੈਣ, ਇਹ ਵੀ ਮਤਲਬ ਇੱਕ ਮਰਿਆਦਾ ਵਾਲੀ ਗੱਲ ਕਿ ਉਹਨੂੰ ਨਹੀਂ ਕਹਿਣਾ ਚਾਹੀਦਾ, ਰਿਸਟ੍ਰਿਕਸ਼ਨ ਵਾਲੀ ਗੱਲ ਆ। ਅਤੇ ਜੇਕਰ ਉੱਥੇ ਵਿੱਚੋਂ ਲੋਕਾਂ ਨੇ ਜਦੋਂ ਦੇਖਣਾ ਉਹਨਾਂ ਨੇ ਉੱਦਾਂ ਕਰਨਾ, ਅਤੇ ਜਦੋਂ ਨਸ਼ਾ ਭਾਜੀ ਹੋਣਾ ਨਾ, ਉਹਨੇ ਕੁਛ ਨਹੀਂ ਦੇਖਣਾ ਵੀ ਇਹ ਸਿੱਖ ਦਾ ਬੱਚਾ ਕਿ ਮੁਸਲਮਾਨ ਦਾ ਬੱਚਾ, ਹਿੰਦੂ ਦਾ ਬੱਚਾ, ਜੈਨੀਆਂ ਦਾ ਬੱਚਾ ਕਿ ਜਾਂ ਕ੍ਰਿਸਚਨਾਂ ਦਾ ਬੱਚਾ, ਉਹਨੇ ਤਾਂ ਉਹਦੀ ਬਰਬਾਦੀ ਕਰਨੀ ਕਰਨੀ। ਸੋ ਮੈਂ ਤਾਂ ਉਸ ਕਰਕੇ ਬਚਾਇਆ, ਮੈਂ ਸਿੰਗਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਮੇਰੇ ਨਾਲ ਜਦੋਂ ਨਾ, ਬਹੁਤ ਸਾਰੇ ਸਿੰਗਰ ਜਿਹੜੇ ਫੇਵਰ 'ਚ, ਹੁਣ ਮਲਕੀਤ ਭਾਜੀ ਬੋਲ ਕੇ ਗਏ ਆ, ਹੋਰ ਵੀ ਕੱਲ੍ਹ ਹਰਭਜਨ ਭਾਜੀ ਸੀ, ਸਾਰੇ ਲੋਕ ਇਹ ਫੇਵਰ 'ਚ ਨੇ, ਸਾਰੀ ਦੁਨੀਆ ਇਸ ਫੇਵਰ 'ਚ ਕਿ ਨਸ਼ੇ ਖਤਮ ਹੋਣੇ ਚਾਹੀਦੇ, ਨਸ਼ਿਆਂ ਦੀ ਨਰਸਰੀਆਂ ਖਤਮ ਹੋਣਗੀਆਂ, ਅਤੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਸੁਣਾਵਾਂਗੇ, ਇਤਿਹਾਸ ਬਾਰੇ ਜਾਣਕਾਰੀ ਦੇਵਾਂਗੇ, ਤਾਂ ਉਹਨਾਂ ਨੂੰ ਬੱਚਿਆਂ ਨੂੰ ਉਹ ਤਾਂ ਉਹਨਾਂ ਦੇ ਕਿਰਦਾਰ ਭਰਨ, ਖਾਲੀ ਕਿਰਦਾਰ ਅਸੀਂ ਸਿਰਫ ਉੱਥੇ ਹੀ ਬਾਰੇ ਕੀ ਦੱਸਾਂਗੇ। ਮੈਂ ਇਕੱਲੇ ਪਰਟੀਕੁਲਰ ਇੱਕ ਦਰਬਾਰ ਦੀ ਗੱਲ ਨਹੀਂ ਕਰਦਾ ਜਿਨ੍ਹਾਂ ਨੂੰ ਇਹਨਾਂ ਨੇ ਧਾਮ ਬਣਾ ਤਾ, ਮੈਂ ਸਾਰੇ ਦਰਬਾਰਾਂ ਦੀ ਗੱਲ ਕਰਦਾ, ਵੀ ਉਹ ਤਾਂ ਇਤਿਹਾਸ ਕੀ ਦੱਸੋਗੇ ਅੱਜ ਤੋਂ
पांच साल बाद की दसोगे तुसी कि तुहाडा की इतिहास है, उस बाबे दा की इतिहास है। लोगों ने तो बेचारे मनन लग जाना, लोगों ने तो जदों आपां किसी नूं हुण मैं सरबजीत भाजी होनी आए ने तुसी हो जदों तुसी मेरे नाल प्यार करदे हो, मैं तुहानूं कहणा आओ जी मैनूं उत्थों इह दात मिली है ते आपां चलदे हां, तुसी चल पैणा उत्थों, है ना। तो एक्सप्लाइट ना कर, लोगों नूं इह ना दस्सन कि मतलब बाबे ने इदां करके एक वारी जी सिगरट लगाती सीगी ते उह जल गई सी, है ना। ये चीज़ा ना दसन, बाबा गुरु गोबिंद सिंह बारे दसो, महाराज जी बारे, गुरु गोबिंद सिंह महाराज के बच्चों बारे दसो, छोटे साहबजाद बारे दसो, गुरु नानक साहब बारे दसो कि कितना गुरु नानक साहब ने तो क्या है कि कूड़ की जंजला काबलों ताया जोरी मंगे दान वे ला लो, है धर्म शर्म दोए छप खिलाए खलोते ते कूड़ फिरे प्रधान वे ला लो, तो आप कूड़ क्यों प्रधान कर रहे हैं। सो यही मेरी बेनती है, कोई कंट्रोवर्सी नहीं है, कोई कुछ नहीं है, बेनती है सारे सिंगरों जेड़े वड्डे सिंगर भी ने जेड़े बोल रहे हैं जेड़े उन्होंने पिछे बुलवा रहे हैं उन्होंने भी मेरी बेनती है तुसी भी नाल आओ, नशे खत्म करिए और इतिहास बारे जानकारी देिए। साडा फर्ज जिहड़ा सानू कम्यूनिटी ने बहुत वड्डा बनाता, आ तुसी देखो रिकॉर्ड कर रहे हो, ये बहुत महाराज की कृपा कि तुसी मैनू रिकॉर्ड करना चाह रहे हो, ये लोगों की कृपा, इन्हीं की कृपा से सजे हमें जो गुरु गोबिंद सिंह महाराज ने कहा। सो आओ लोगों को इतिहास पढ़ाइए, लोगों को इतिहास बारे जानकारी देिए, भावें सानू थोड़ी आती है, असं गुरु नहीं हाँ, असी कोई साधु नहीं हाँ, पर जिन्नी भी सानू आती है वो असं लोगों बारे लोगों तक। फिर सिक्खी का प्रचार भी काफ़ी किया है, कोई शब्द अपना कोई नवा शब्द कीर्तन आएगा सिक्खी का, तो मतलब मैं नहीं कह सकता भी मैं प्रचार ज्यादा किया, पर क्योंकि मैं सिख घर जन्म लिया ना, सिखा के घर जन्म लिया, तो इस करके मैनू मेरे बचपन की वो एक गल तुझे बहुत अच्छी छेड़ी है कि मेरे बचपन चो भाई तरलोचन सिंह होना दा जपजी साहब तो रहे रास है ना। हूँ जो तुसी अपने बच्चे जिहड़े साडे छोटे बच्चे है वो जदों सिगटां वाले बाबियां नूं देखणगे, चिलमां वाले बाबियां नूं देखणगे, सूटे लाउंदे बाबियां नूं देखणगे, तो उन्हां नूं वो याद रहना। मैनू पिंड दे गुरद्वारा साहब दे जिहड़ा जपजी साहब वो याद आंदा, तो मैं तो बहुत शब्द महाराज मेरे को बाबा जी कराणगे, बहुत सारे शब्द असीं करन वाले हां। हुण गुरु नानक साहब के उत्ते भी असीं सिद्ध गोष्ट भी रिलीज़ कर रहे हैं, आरती भी रिलीज़ कर रहे हैं, तो अवल अल्लाह नूर पाया कुदरत के संबंधे वो भी खजाना ही है, खजाना सारी उम्र मुकना ही नहीं है, दुनिया ने गाँव रहना, दुनिया ने जाते रहना आते रहना, यही तो गुरु साहब की सब तो वड्डी देन। मैं तुहानूं गुरु नानक साहब का जिहड़ा पवन गुरु पाणी पिता, वो तुसी देखो अज इनवायरमेंट की असी गल करते हैं, सारी दुनिया जिहड़ी इनवायरमेंट की गल करी, बाबा नानक 500 साल पहले ही बलिहारी कुदरत वस्या ते रंत ना जाई लिखिया। एक दिन मैं एक अपने अपने अफसरों नूं भी सारिया नूं सरकारी बंदियां नूं मैं भेजा सी, मैं कहा देखो नॉर्वे दे विच, मैं कहा बाबे नानक दे चेले ये ने सारे जिहड़े पाणी भी सांभी फिरदे आ ते पवन भी सांभी फिरदे ते धरती भी सांभी फिरदे, उहदा मैं तुहानूं थोड़ियां। पवन गुरु पाणी पिता माता तरत महत दिवस रात दोए दाई दाया खेले सगल जगत चंगियां बुरियां वाचे धर्म हदूर करमी आपो अपनी के नेड़े के दूर जिनी नाम त्याया गए मुशक्कत काल नानक ते मुख उजले केती छुट्टी ना।